ਜਿਵੇਂ ਹੀ ਰਿਓ ਓਲੰਪਿਕ ਵਿੱਚ ਜਾ ਰਹੀ ਹਾਕੀ ਟੀਮ ਇੰਡੀਆ ਵਿੱਚ ਰੁਪਿੰਦਰ ਸਿੰਘ ਦੇ ਨਾਮ ਦੀ ਘੋਸ਼ਣਾ ਹੋਈ ਹੈ, ਉਸੇ ਵਕਤ ਹੀ ਪੰਜਾਬ ਦੇ ਫਰੀਦਕੋਟ ਵਿੱਚ ਰੁਪਿੰਦਰ ਸਿੰਘ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਰੁਪਿੰਦਰ ਦੇ ਘਰ ਉਸ ਦੇ ਮਾਤਾ ਪਿਤਾ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਤੇ ਜਾਣਸੀਨ ਵੀ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਮਨਾ ਰਹੇ ਹਨ। ਇਸ ਦੌਰਾਨ ਰੁਪਿੰਦਰ ਨੂੰ ਸ਼ੁਰੂਆਤ ਤੋਂ ਹੀ ਕੋਚਿੰਗ ਦੇ ਰਹੇ ਇੰਟਰਨੈਸ਼ਨਲ ਅੰਪਾਇਰ ਸਰਦਾਰ ਹਰਬੰਸ ਸਿੰਘ ਵੀ ਉਹਨਾਂ ਦੇ ਘਰ ਵਿਸ਼ੇਸ਼ ਤੌਰ ਤੇ ਪਹੁੰਚ ਗਏ। ਇਸ ਮੌਕੇ ਰੁਪਿੰਦਰ ਸਿੰਘ ਦੇ ਪਿਤਾ ਨੇ ਕਿਹਾ ਕਿ ਉਹਨਾਂ ਦੇ ਬੱਚੇ ਦੀ ਓਲੰਪਿਕ ਵਿੱਚ ਸਿਲੈਕਸ਼ਨ ਹੋਣ ਨਾਲ ਉਹਨਾਂ ਨੂੰ ਬੇਹੱਦ ਖੁਸ਼ੀ ਹੋਈ ਹੈ। ਉਹਨਾਂ ਨੇ ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੁਪਿੰਦਰ ਨੂੰ ਪੰਜਾਬ ਵਿੱਚ ਹੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਕੇ ਹੋਰ ਕਾਮਯਾਬੀ ਹਾਸਲ ਕਰ ਸਕੇ। ਇਸ ਦੌਰਾਨ ਰੁਪਿੰਦਰ ਦੇ ਸ਼ੁਰੂਆਤ ਦੇ ਕੋਚ ਅਤੇ ਅੰਤਰਰਾਸ਼ਟਰੀ ਅੰਪਾਇਰ ਹਰਬੰਸ ਸਿੰਘ ਨੇ ਦੱਸਿਆ ਕਿ ਰੁਪਿੰਦਰ ਸਿੰਘ ਨੇ ਸ਼ੁਰੂਆਤ 'ਚ ਕਰੀਬ 5 ਸਾਲ ਕੋਚਿੰਗ ਉਹਨਾਂ ਤੋਂ ਲਈ ਸੀ। ਉਦੋਂ ਤੋਂ ਹੀ ਉਹ ਬਹੁਤ ਹੋਣਹਾਰ ਕਿਸਮ ਦਾ ਖਿਡਾਰੀ ਸੀ। ਉਹਨਾਂ ਨੇ ਕਿਹਾ ਕਿ ਇਸ ਦੀ ਟੈਕਨੀਕ ਸਭ ਤੋਂ ਵੱਖ ਸੀ। ਰੁਪਿੰਦਰ ਸਿੰਘ ਅੱਜ ਰਿਓ ਓਲੰਪਿਕ ਲਈ ਬ੍ਰਾਜ਼ੀਲ ਵਿੱਚ ਖੇਡਣ ਲਈ ਜਾ ਰਿਹਾ ਹੈ ਅਤੇ ਇਸ ਵਾਰ ਟੀਮ ਇੰਡੀਆ ਤੋਂ ਸਾਰੇ ਹੀ ਦੇਸ਼ਾਂ ਦੀਆਂ ਟੀਮਾਂ ਡਰ ਰਹੀਆਂ ਹਨ ਅਤੇ ਸਾਰਿਆਂ ਦਾ ਧਿਆਨ ਰੁਪਿੰਦਰ ਉੱਤੇ ਹੀ ਹੈ। ਉਹਨਾਂ ਨੇ ਕਿਹਾ ਕਿ ਇਸ ਵਾਰ ਟੀਮ ਇੰਡੀਆ ਜਿੱਤ ਹਾਸਲ ਕਰਕੇ ਵਾਪਸ ਆਏਗੀ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਜਗਸੇਵਕ ਵੈਬ ਟੀਵੀ। ਮੈਂ ਤਾਂ ਇਹੀ ਕਹਿਣਾ ਚਾਹ ਰਿਹਾ, ਸਾਡੇ ਬੱਚੇ ਦਾ ਓਲੰਪਿਕ ਦੇ ਵਿੱਚ ਸਿਲੈਕਸ਼ਨ ਹੋਈ ਹੈ, ਬਹੁਤ ਵੱਡੀ ਪ੍ਰਾਪਤੀ ਹੈ ਸਾਡੇ ਆਪਣੇ ਸ਼ਹਿਰ ਵਾਸਤੇ, ਪੰਜਾਬ ਵਾਸਤੇ। ਇਹਨੂੰ ਆਪਣਾ ਬਾਹਰ ਨੌਕਰੀ ਵਾਸਤੇ ਧੱਕੇ ਖਾਣੇ ਪੈਂਦੇ ਹੈ। ਇਹਨੂੰ ਪੰਜਾਬ ਗੌਰਮੈਂਟ ਨੂੰ ਚਾਹੀਦਾ ਇਸ ਬੱਚੇ ਨੂੰ ਜਿਹੜਾ ਟਜਰਬ ਹੈ ਇਹਦਾ ਨੌਕਰੀ ਦਾ, ਇਹਦਾ ਇੱਥੇ ਐਡਜਸਟ ਇਹਨੂੰ ਪੰਜਾਬ 'ਚ ਕੀਤਾ ਜਾਵੇ। ਸਾਡਾ ਵੀ ਇਸ ਗੱਲ ਦੇ ਵਿੱਚ ਮਾਣ ਵਧੂਗਾ, ਬਾਕੀ ਪੰਜਾਬ ਗੌਰਮੈਂਟ ਦੇ ਵੀ ਇਸ ਵਿੱਚ ਇੱਜ਼ਤ ਹੈ। ਸਾਡੇ ਬੱਚੇ ਜਿਹੜੇ ਧੱਕੇ ਖਾਂਦੇ ਆ ਆਪਣੇ ਇੱਥੇ ਸ਼ਹਿਰ ਪੰਜਾਬ ਦੇ ਲਈ ਓਲੰਪਿਕ ਆ। ਸਾਡਾ ਤਾਂ ਇਹ ਹੈ ਵੀ ਓਲੰਪਿਕ ਦੇ ਵਿੱਚ ਕੋਈ ਮੈਡਲ ਲੈ ਕੇ ਆਵੇ, ਘੱਟ ਤੋਂ ਘੱਟ ਗੋਲਡ ਮੈਡਲ, ਨਹੀਂ ਤਾਂ ਕੋਈ ਮੈਡਲ ਲੈ ਕੇ ਆਉਣਾ ਚਾਹੀਦਾ ਇਹਨਾਂ ਨੂੰ। ਸਾਡਾ ਇਸ ਗੱਲ ਦਾ ਬਹੁਤ ਹੀ ਉਮੀਦ ਰੱਖਦੇ ਹਾਂ। ਮੈਂ ਬਹੁਤ ਰੁਪਿੰਦਰਪਾਲ ਦਾ ਮਾਮਾ ਜੀ ਹਾਂ। ਸਾਨੂੰ ਬਹੁਤ ਖੁਸ਼ੀ ਹੈ ਵੀ ਸਾਡਾ ਬੱਚਾ ਅੱਜ ਰਿਓ ਨੂੰ ਰਵਾਨਾ ਹੋ ਚੁੱਕਾ ਹੈ। ਸਾਨੂੰ ਸਾਰੇ ਪਰਿਵਾਰ ਨੂੰ ਸਾਰਾ ਬਹੁਤ ਮਾਣ ਹੈ ਕਿ ਸਾਡਾ ਬੱਚਾ ਇੰਨੀ ਉਚਾਈਆਂ 'ਤੇ ਪਹੁੰਚ ਚੁੱਕਿਆ ਹੈਗਾ। ਪਰ ਸਾਨੂੰ ਇਸ ਸਰਕਾਰ ਨਾਲ ਥੋੜ੍ਹਾ ਜਿਹਾ ਖਫਾ ਵੀ ਹੈ ਵੀ ਕਿਉਂ ਸਾਡੇ ਬੱਚੇ ਤਿੰਨ ਮੈਡਲ ਲੈ ਕੇ ਵੀ ਉਹਨੂੰ ਪੰਜਾਬ ਸਰਕਾਰ ਨੇ ਅਜੇ ਤੱਕ ਆਪਣੇ ਪੰਜਾਬ ਦੇ ਵਿੱਚ ਕੋਈ ਜੋਬ ਨਹੀਂ ਦਿੱਤੀ, ਜਦਕਿ ਉਹ ਡਿਜ਼ਰਵ ਕਰਦਾ ਵੀ ਹਾਂ ਵੀ ਉਸ ਉਹਨਾਂ ਪਹਿਲਾ ਗੋਲਡ ਮੈਡਲ ਉਹਨੇ ਏਸ਼ੀਅਨ ਗੇਮਸ 2014 ਵਿੱਚ ਜਿੱਤਿਆ, ਫਿਰ ਸਿਲਵਰ ਮੈਡਲ ਉਹਨੇ ਕਾਮਨਵੈਲਥ ਗੇਮਸ ਵਿੱਚ ਲੈਸਕੋ ਵਿੱਚ ਜਿਹੜੀਆਂ ਕਿ ਸਕੋਟਲੈਂਡ ਵਿੱਚ ਹੋਈਆਂ ਸੀ ਉੱਥੋਂ ਜਿੱਤਿਆ, ਫਿਰ ਸਿਲਵਰ ਮੈਡਲ ਉਹਨੇ ਜਿਹੜੀ ਵਰਲਡ ਲੀਗ ਹਾਕੀ ਹੋਈ ਹੈ ਰਾਏਪੁਰ ਛੱਤੀਸਗੜ੍ਹ ਦੇ ਵਿੱਚ ਉੱਥੋਂ ਲਿਆ। ਪਰ ਇਸ ਦੇ ਬਾਵਜੂਦ ਵੀ ਸਾਡੇ ਬੱਚੇ ਨੂੰ ਬਾਹਰਲੀਆਂ ਸਟੇਟਾਂ ਦੇ ਵਿੱਚ ਜੋਬ ਕਰਨੀ ਪੈ ਰਹੀ ਹੈ। ਅਸੀਂ ਰਿਕੁਐਸਟ ਕਰਦੇ ਹਾਂ ਸਰਕਾਰ ਤੋਂ ਵੀ ਉਹਨੂੰ ਪੰਜਾਬ ਦੇ ਵਿੱਚ ਫਰੀਦਕੋਟ ਦੇ ਵਿੱਚ ਕੋਈ ਉਹਦਾ ਜਿਹੜਾ ਡਿਜ਼ਰਵ ਕਰਦਾ ਉਹਨੂੰ ਅਹੁਦਾ ਦਿੱਤਾ ਜਾਵੇ ਤਾਂ ਜੋ ਬੱਚਾ ਸਾਡੀਆਂ ਅੱਖਾਂ ਦੇ ਸਾਹਮਣੇ ਰਹੇ, ਨਾਲੇ ਉਹਨੂੰ ਆਪਣੇ ਮਾਂ ਪਿਓ ਦਾ, ਬੱਚਿਆਂ ਦਾ, ਸਾਰਿਆਂ ਦਾ ਹੌਸਲਾ ਹੋਊਗਾ ਵੀ ਮੈਂ ਆਪਣੇ ਪਰਿਵਾਰ 'ਚ ਹਾਂ ਅਤੇ ਹੋਰ ਉਹਨੂੰ ਖੇਡਣ ਦਾ ਬਲ ਮਿਲੂਗਾ ਵੀ ਉਹ ਇਸੇ ਤਰੀਕੇ ਨਾਲ ਉਹ ਲੌਂਗ ਟਾਈਮ ਤਾਂ ਖੇਡ ਸਕਦਾ। ਜਦੋਂ ਉਹ ਸਾਡੇ ਕੋਲ ਤੀਜੀ ਚੌਥੀ ਤੋਂ ਚੌਥੀ ਕਲਾਸ ਤੋਂ ਸ਼ੁਰੂ ਹੋ ਗਿਆ ਸੀਗਾ ਖੇਡਣਾ ਪੜ੍ਹਨਾ ਸਾਡੇ ਨਾਲ ਉਹ, ਅਤੇ 3-4 ਸਾਲ ਸਾਡੇ ਕੋਲ ਉਹਨੇ ਇੱਥੇ ਸਾਡੇ ਬਰਜਿੰਦਰਾ ਕਾਲਜ ਦੀ ਹਾਕੀ ਗਰਾਊਂਡ ਦੇ ਵਿੱਚ ਲਾਏ। ਉਸ ਤੋਂ ਬਾਅਦ ਉਹ ਇੰਨਾ ਅੱਛਾ ਅਤੇ ਮਿਹਨਤੀ ਬੱਚਾ ਸੀ ਅਤੇ ਉਸ ਵੇਲੇ 42 ਸੈਕਟਰ ਤੋਂ ਸਾਡੇ ਕੋਲ ਹਾਕੀ ਅਕੈਡਮੀ ਚੰਡੀਗੜ੍ਹ ਦੇ ਕੋਚ ਆਏ ਸਰਦਾਰ ਜਸਜੀਤ ਸਿੰਘ, ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇਹ ਬੱਚਾ ਸਾਨੂੰ ਦਿਓ, ਅਤੇ 3 ਬੱਚੇ ਸਾਡੇ ਉਹ ਇੱਥੋਂ ਸਿਲੈਕਟ ਕਰਕੇ ਲੈ ਕੇ ਗਏ, ਜਿਹਨਾਂ 'ਚੋਂ ਰੁਪਿੰਦਰ ਪਾਲ ਜਿਹੜਾ ਉਹ ਸਭ ਤੋਂ ਸ਼ਾਈਨਿੰਗ ਸੀ। ਦੂਸਰੇ ਦੋਨੋਂ ਲੜਕੇ ਵੀ ਨੈਸ਼ਨਲ ਤੱਕ ਗਏ, ਲੇਕਿਨ ਇਸ ਨੇ ਫਰੀਦਕੋਟ ਦਾ ਨਾਂ ਜਿਹੜਾ ਹੈਗਾ ਉਹ ਸਾਰੇ ਦੁਨੀਆ ਦੇ ਨਕਸ਼ੇ ਦੇ ਉੱਤੇ ਬੜਾ ਵਧੀਆ ਲੈ ਕੇ ਆਉਂਦਾ। ਅਤੇ ਜਦੋਂ ਤੋਂ ਅਸੀਂ ਇਹਨੂੰ ਦੇਖ ਰਹੇ ਹਾਂ ਸਕੂਲ ਲੈਵਲ ਤੋਂ ਹੀ, ਸਬ ਜੂਨੀਅਰ ਲੈਵਲ ਦੇ ਵਿੱਚ ਹੀ ਸਾਨੂੰ ਦਿਸਣ ਲੱਗ ਪਿਆ ਸੀਗਾ ਕਿ ਇਹ ਲੜਕਾ ਇੱਕ ਦਿਨ ਦੁਨੀਆ ਦਾ ਸਟਾਰ ਬਣੂਗਾ, ਕਿਉਂਕਿ ਇਹਦੇ ਵਿੱਚ ਇਹਨਾਂ ਦੇ ਪੈਰਾਂ ਦੇ ਵਿੱਚ ਫੁਰਤੀ, ਇਹਦੀ ਹਾਈਟ, ਇਹਦੀ ਜਿਹੜੀ ਉਸ ਵੇਲੇ ਦੀ ਵੀ ਟੈਕਨਿਕ ਸੀਗੀ ਜਿਹਨੂੰ ਆਪਾਂ ਕਹਿੰਦੇ ਹਾਂ ਬਾਲ ਖੋਣ ਦੀ ਜਿਹੜੀ ਸ਼ਕਤੀ ਸੀ, ਛੋਟੇ ਹੁੰਦਿਆਂ ਤੋਂ ਹੀ ਇਹਦੇ ਵਿੱਚ ਬਹੁਤ ਸੀਗੀ ਗ੍ਰੇਸ ਸੀਗੀ ਬੋਡੀ ਦੇ ਅੰਦਰ ਇਹਦੇ। ਜਿੱਥੋਂ ਤੱਕ ਇੰਡੀਅਨ ਹਾਕੀ ਜਿਹੜੀ ਹਾਕੀ ਇੰਡੀਆ ਦਾ ਜਿਹੜਾ ਹੈਗਾ ਤਲਕ ਹੈ, ਉਸ ਦੇ ਵਿੱਚ ਮੈਂ ਕਹਾਂਗਾ ਕਿ ਇਹ ਜਿਹੜੀ ਰਿਓ ਓਲੰਪਿਕਸ ਹੋ ਰਹੀਆਂ ਹੈਗੀਆਂ ਆਪਣੇ ਬ੍ਰਾਜ਼ੀਲ ਦੇ ਅੰਦਰ, ਉਹਦੇ ਵਿੱਚ ਇਹ ਹਿੰਦੁਸਤਾਨ ਦੀ ਟੀਮ ਦਾ ਜਿਹੜਾ ਹੈਗਾ ਬਹੁਤ ਬਲਬਲਾ ਹੈਗਾ, ਹਰ ਟੀਮ ਜਿਹੜੀ ਉਹਦੇ ਤੋਂ ਡਰ ਰਹੀ ਹੈ ਇਸ ਵੇਲੇ, ਅਤੇ ਰੁਪਿੰਦਰ ਪਾਲ ਦਾ ਵੀ ਉਹਦੇ ਵਿੱਚ ਬਹੁਤ ਵੱਡਾ ਨਾਂ, ਕਿਉਂਕਿ ਇਹ ਵਰਲਡ ਦੇ ਬਹੁਤ ਵਧੀਆ ਮਲਟੀ ਕਾਰਨਰ ਸਪੈਸ਼ਲਿਸਟ ਦੇ ਵਿੱਚ ਮੰਨਿਆ ਜਾਂਦਾ। ਤਾਂ ਇਸ ਨੇ ਵਰਲਡ ਲੀਗ ਦੇ ਵਿੱਚ ਵੀ ਬੜੇ ਗੋਲ ਕੀਤੇ, ਜਦੋਂ ਇਹ ਇੰਚਨ ਏਸ਼ੀਅਨ ਗੇਮ ਜਿੱਤੇ ਉੱਥੇ ਵੀ ਇਹਨੇ ਬਹੁਤ ਹਾਕੀ ਦਾ ਵਧੀਆ ਮੁਜ਼ਾਹਰਾ ਕੀਤਾ,
जो ग्लासगो के इन्होंने सिल्वर मैडल जितया ग्लासगो के 1914 1914 के उत्थे भी सिर्फ एक आस्ट्रेलिया वाला मैच छड़ के बाकी सारे मैचों के बहुत वधिया प्रदर्शन सीगा।